ਕੁਰਾਲੀ ਦੇ ਚੌਧਰੀ ਹਸਪਤਾਲ ਡਿਵਾਈਨ ਟੱਚ ਕਲੀਨਿਕ ਵੱਲੋਂ ਕਈ ਬਿਮਾਰੀਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਰੋਜ਼ਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਅਤੇ ਨਵੀਂ ਤਕਨੀਕ ਦੇ ਰਾਹੀਂ ਭਖੰਦਰ ਬਿਮਾਰੀ ਦੇ ਆਪਰੇਸ਼ਨ ਦੀ ਜਾਣਕਾਰੀ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਾਹਰਲੇ ਸੂਬਿਆਂ ਦੇ ਡਾਕਟਰਾਂ ਨੇ ਹਿੱਸਾ ਲਿਆ ਅਤੇ ਡਾਕਟਰ ਮੰਨਨ ਸਿੰਘ ਦੇ ਕੋਲੋਂ ਨਵੀਂ ਤਕਨੀਕ ਦੇ ਰਾਹੀਂ ਕਿੱਦਾਂ ਆਪਰੇਸ਼ਨ ਕੀਤਾ ਜਾਂਦਾ ਹੈ ਜਾਣਕਾਰੀ ਲਿੱਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿ ਮੰਨਨ ਸਿੰਘ ਨੇ ਕਿਹਾ ਕਿ ਇਸ ਕੈਂਪ ਦੇ ਰਾਹੀਂ 150 ਮਰੀਜ਼ਾਂ ਦੀ ਮੁਫਤ ਦੇ ਵਿੱਚ ਕਈ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਰਨੀਆ, ਗੰਠੀਆਂ ਤੇ ਹੋਰ ਵੀ ਕਈ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਏਗਾ ਅਤੇ 25 ਮਰੀਜ਼ ਹਨ ਜੋ ਭਖੰਦਰ ਦੀ ਬਿਮਾਰੀ ਤੋਂ ਪੀੜਿਤ ਨੇ ਅਤੇ ਉਹਨਾਂ ਦਾ ਵੀ ਘੱਟ ਰੇਟਾਂ ਤੇ ਆਪਰੇਸ਼ਨ ਕੀਤਾ ਜਾ ਰਿਹਾ ਹੈ ਜੋ ਗਰੀਬ ਤੇ ਲੋੜਵੰਦ ਲੋਕ ਇਹਨਾਂ ਕੈਂਪਾਂ ਦੇ ਰਾਹੀਂ ਘੱਟ ਖਰਚੇ ਵਿੱਚ ਆਪਣਾ ਇਲਾਜ ਕਰਵਾ ਸਕਣ। ਨਹੀਂ ਤੁਸੀਂ ਉਰੇ ਇਹੋ ਜਿਹੇ ਕੈਂਪ ਕਿਆ ਲੱਗਣੇ ਚਾਹੀਦੇ ਹੈ? ਲੱਗਣੇ ਚਾਹੀਦੇ ਵੀ ਗਰੀਬਾਂ ਵਾਸਤੇ ਤਾਂ ਸਹੂਲਤ ਹੋਣੀ ਚਾਹੀਦੀ, ਜਿਹੜੇ ਵਿਚਾਰੇ ਗਰੀਬ ਨੇ ਨਹੀਂ ਆਪਰੇਸ਼ਨ ਕਰਾ ਸਕਦੇ ਉਹਨਾਂ ਵਾਸਤੇ ਕੈਂਪ ਜ਼ਰੂਰੀ ਹੋਏ। ਅੱਛਾ, ਜਿਹੜੇ ਮਤਲਬ ਜਿਹਨਾਂ ਰੋਜ਼ ਕਮਾਉਣਾ ਖਾਣਾ ਜੀ, ਉਹਨਾਂ ਨੂੰ ਆਪਰੇਸ਼ਨ ਵਾਸਤੇ ਸਹੂਲਤ ਦੇਣੀ ਚਾਹੀਦੀ ਹੈ ਗੌਰਮੈਂਟ। ਚੌਧਰੀ ਹਸਪਤਾਲ ਨੂੰ ਵਿੱਚ 4 ਦਸੰਬਰ ਨੂੰ ਬਵਾਸੀਰ ਅਤੇ ਭਖੰਦਰ ਦਾ ਕੈਂਪ ਰੱਖਿਆ ਗਿਆ ਸੀ ਜਿਹਦੇ 150 ਪੇਸ਼ੈਂਟ ਅਸੀਂ ਦੇਖੇ ਮੁਫਤ 'ਚ ਅਤੇ 25 ਪੇਸ਼ੈਂਟ ਦਾ ਅੱਜ ਆਪਰੇਸ਼ਨ ਹੈ ਬੜੇ ਹੀ ਘੱਟ ਰੇਟ 'ਚ। ਬਾਹਰੋਂ ਵੀ 5 ਡਾਕਟਰ ਪੇਸ਼ੈਂਟ ਆਪਰੇਸ਼ਨ ਦੇਖਣ ਆਏ ਹੈ ਕਿ ਲੇਜ਼ਰ ਨਾਲ ਅਤੇ ਹੋਰ ਆਪਰੇਸ਼ਨ ਕਿੱਦਾਂ ਨਵੇਂ ਜਿਹੜੇ ਅਸੀਂ ਕਰ ਰਹੇ ਹਾਂ ਉੱਤਰ ਭਾਰਤ 'ਚ ਪਹਿਲੀ ਵਾਰੀ ਕਿਵੇਂ ਕਰੇ ਜਾਂਦੇ ਹੈ। ਇਹ ਡਾਕਟਰ ਮੋਹਾਲੀ ਤੋਂ ਰੋਹਤਕ PGI ਤੋਂ ਆਏ ਹੈ। ਹੁਣ ਅਸੀਂ ਪੇਸ਼ੈਂਟ ਸ਼ੁਰੂ ਕਰੋਂਗੇ, 25 ਆਪਰੇਸ਼ਨ ਹੈਗੇ। ਖਰੜ ਤੋਂ ਡੇਵਿਡ ਵਰਮਾ, GVA ਪੰਜਾਬ TV।